ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਸ ਇਤਿਹਾਸਿਕ ਅਸਥਾਨ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਹ ਹੈ ਪੁਰਾਤਨ ਸ਼ਹਿਰ ਬਸੀ ਪਠਾਣਾ ਦੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗ੍ਰਿਫਤਾਰੀ ਦੇਣ ਦੇ ਲਈ ਸ਼ਹਾਦਤ ਦੇ ਲਈ ਕੇਸਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦੇ ਨੇ ਤਾਂ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਕਿ ਬੱਸੀ ਪਠਾਣਾ ਦੇ ਵਿੱਚ ਇਤਿਹਾਸਿਕ ਜੇਲ ਹੈ ਜਿੱਥੇ ਗੁਰੂ ਸਾਹਿਬ ਨੂੰ ਕੈਦ ਕੀਤਾ ਗਿਆ ਸੋ ਅੱਜ ਉਸ ਯਾਦਗਾਰ ਸਥਾਨ ਦੇ ਉੱਤੇ ਅਸੀਂ ਪਹੁੰਚੇ ਹਾਂ ਇਸ ਗੁਰਦੁਆਰਾ ਸਾਹਿਬ ਨੂੰ ਉਹਨਾਂ ਦੀ ਯਾਦ ਦੇ ਵਿੱਚ ਸਜੋਬਿਤ ਕੀਤਾ ਗਿਆ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਪੱਖੋਂ ਉਸ ਵਾਕਿਆ ਨੂੰ ਦਰਸਾਉਂਦਾ ਕਿ ਜਦੋਂ ਗੁਰੂ ਸਾਹਿਬ आनंदपुर ਤੋਂ ਦਿੱਲੀ ਨੂੰ ਜਾਣਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਮੁਗਲਾਂ ਵੱਲੋਂ ਕੈਦ ਕੀਤਾ ਗਿਆ ਨੌਵੇਂ ਪਾਤਸ਼ਾਹ ਨਾਲ ਜੁੜੇ ਇਸ ਅਸਥਾਨ ਦੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਦਰਸ਼ਨਾਂ ਦੇ ਉਪਰੰਤ ਇੱਥੋਂ ਦੀ ਕਮੇਟੀ ਜੋ ਇੱਥੋਂ ਦੀ ਸਾਮ ਸੰਭਾਲ ਵਿਅਕਤੀ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਤਿਹਾਸਿਕ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਕਿਹੜੇ ਵੇਲੇ ਇੱਥੇ ਆਉਂਦੇ ਨੇ ਤੇ ਉਹ ਥਾਂ ਵੀ ਵੇਖਾਂਗੇ ਜਿੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਕਹਿਆ ਜਾਂਦਾ ਹੈ ਕਿ ਗੁਰੂ ਸਾਹਿਬ ਜਦੋਂ ਅਨੰਦਪੁਰ ਤੋਂ ਦਿੱਲੀ ਨੂੰ ਜਾ ਰਹੇ ਸੀ ਤਾਂ ਉਹਨਾਂ ਨੂੰ ਬੱਸੀ ਪਠਾਣਾ ਚ ਕੈਦ ਕੀਤਾ ਗਿਆ। ਇਹ ਉਹ ਸਥਾਨ ਹੈ। ਸੈਂਟਰਲ ਜੇਲ ਤੁਸੀਂ ਪੜ ਸਕਦੇ ਹੋ ਲਿਖਿਆ ਜਿੱਥੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਇਤਿਹਾਸਕਾਰ ਦੱਸਦੇ ਨੇ ਕਿ ਇਹ ਜੇਲ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ। ਇਤਿਹਾਸ ਕੀ ਆ ਜੇਲ ਦੇ ਅੰਦਰੋਂ ਦੇਖ ਕਿਹੋ ਜੀ ਆ ਉਹ ਸਭ ਕੁਝ ਵੇਖਦੇ ਆ ਕਿਉਂਕਿ ਪਤਾ ਲੱਗਦਾ ਹੈ ਕਿ ਬਹੁਤ ਪੁਰਾਣੀ ਬਣੀ ਹੋਈ ਚੀਜ਼ ਹੈ। ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਗੁਰੂ ਸਾਹਿਬ ਦਾ ਅਸੀਂ 400 ਸਾਲਾ ਜਨਮ ਦਿਹਾੜਾ ਮਨਾ ਰਹੇ ਆ ਤੇ ਗੁਰੂ ਸਾਹਿਬ ਜਦੋਂ ਇੱਥੇ ਆਏ ਉਸ ਚੀਜ਼ ਨੂੰ ਵੀ 350 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੋ ਇਮਾਰਤ ਜਿਹੜੀ ਆ ਇਸ ਜੇਲ ਦੇ ਵਿੱਚ ਜੋ ਚੀਜ਼ਾਂ ਵਰਤੀਆਂ ਗਈਆਂ ਨੇ ਸਭ ਕੁਝ ਪੁਰਾਤਨ ਹੈ ਸਰਹੰਦੀ ਇੱਟਾਂ ਵਰਤੀਆਂ ਗਈਆਂ ਨੇ ਇੱਕ ਬਰੋਟਾ ਆ ਅੰਦਰ ਉਸ ਵੇਲੇ ਦਾ ਬਹੁਤ ਪੁਰਾਣਾ ਆ ਇੱਥੇ ਦੇ ਜਿਹੜੇ ਲੋਕ ਨੇ ਵਾਸੀ ਨੇ ਉਹ ਦੱਸਦੇ ਨੇ ਕਿ ਜਿਹੜਾ ਇਹ ਬਰੋਟਾ ਆ ਉਹ ਇੰਨਾ ਪੁਰਾਣਾ ਕਿ ਬਰੋਟੇ ਦੀ ਉਹ ਜੜ ਲੱਗ ਕੇ ਇੱਕ ਨਾਲ ਬਰੋਟਾ ਜਿਹੜਾ ਉਹ ਤਿਆਰ ਹੋ ਗਿਆ ਅਕਸਰ ਇਸ ਜਗ੍ਹਾ ਦੇ ਉੱਤੇ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਨੇ ਇਸ ਕਰਕੇ ਇਸ ਨੂੰ ਜਿਹੜਾ ਆ ਰੰਗ ਵੀ ਇੱਥੇ ਹੋ ਚੁੱਕਿਆ ਇਸ ਜੇਲ੍ਹ ਨੂੰ ਕਈ ਵਾਰੀ ਇੱਥੇ ਦੀ ਜਿਹੜੀ ਸਾਫ ਸਫਾਈ ਦਾ ਜਿਹੜਾ ਧਿਆਨ ਆ ਉਹ ਵੀ ਬਹੁਤ ਖੂਬ ਰੱਖਿਆ ਜਾਂਦਾ ਤੇ ਇਸ ਵੇਲੇ ਇੱਕ ਵੱਡੀ ਖਬਰ ਇਹ ਹੈ ਜਿਹਾ ਪਿਛਲੇ ਦਿਨਾਂ ਚ ਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦਗਾਰ ਜਿਹੜੀ ਉਹ ਬਣਾਈ ਜਾਊਗੀ ਗੁਰੂ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੱਸੀ ਪਠਾਣਾ ਉਸ ਤੇ ਅੱਜ ਅਸੀਂ ਦਰਸ਼ਨ ਦਿਦਾਰੇ ਤੁਹਾਨੂੰ ਕਰਵਾ ਰਹੇ ਹਾਂ ਇਤਿਹਾਸ ਇਤਿਹਾਸ ਬਹੁਤ ਗਹਿਰਾ ਹੈ ਇਤਿਹਾਸ ਅਸੀਂ ਜਾਣਦੇ ਹਾਂ ਇਸ ਵੇਲੇ ਲੋਕਲ ਕਮੇਟੀ ਜੋ ਇਸ ਅਸਥਾਨ ਦੀ ਸੇਵਾ ਸੰਭਾਲਦੇ ਨੇ ਸਭ ਕੁਝ ਵੇਖਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪਿੱਛੇ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਇਹ ਉਹ ਪੁਰਾਤਨ ਜੇਲ ਆ ਜਿਹਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਸਾਹਿਬ ਨੂੰ ਇੱਥੇ ਕੈਦ ਰੱਖਿਆ ਗਿਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਪੱਖ ਜਦੋਂ ਅਸੀਂ ਵੇਖਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਹੁਣ ਇੱਧਰ ਆਏ ਆ ਕਿਉਂਕਿ ਜੇਲ ਦਾ ਜਿਹੜਾ ਇਤਿਹਾਸ ਦੇ ਨਾਲ ਪੂਰਾ ਸੰਬੰਧ ਆ ਕਿਹਾ ਜਾਂਦਾ ਨਾ ਕਿ ਗੁਰੂ ਸਾਹਿਬ ਇੱਥੇ ਕਹਿ ਸੀ ਕਿ ਕੀ ਆਪਾਂ ਵਿਸਥਾਰ ਦੇ ਵਿੱਚ ਜਾਣਨਾ ਚਾਹੁੰਦੇ ਆ ਵੀ ਤੁਸੀਂ ਜੋ ਇਤਿਹਾਸ ਸੁਣਿਆ ਆ ਤੁਸੀਂ ਇੱਥੇ ਲੰਬੇ ਸਮੇਂ ਤੋਂ ਰਹਿੰਦੇ ਹੋ ਸਭ ਕੁਝ ਵੇਖਦੇ ਹੋ ਤੁਹਾਡੇ ਕੋਲ ਇੱਕ ਪੁਖਤਾ ਇਤਿਹਾਸ ਹੁੰਦਾ ਕਿਉਂਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਉਣੇ ਹੁੰਨੇ ਆ ਕੀ ਸ਼ੁਰੂਆਤ ਕਿੱਥੋਂ ਹੁੰਦੀ ਆ ਕੀ ਪਤਾ ਲੱਗਦਾ ਅਸੀਂ ਬਸੀ ਪਠਾਣਾ ਇਤਿਹਾਸਿਕ ਜੇਲ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਹੇ ਐ ਕੋਈ ਤਕਰੀਬਨ 9-4 ਮਹੀਨੇ ਅਸੀਂ ਉੱਥੇ ਖੜੇ ਆ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ ਸਨ ਔਰੰਗਜ਼ੇਬ ਨੂੰ ਮਿਲਣ ਵਾਸਤੇ ਤੇ ਉਦੋਂ ਰਸਤੇ ਦੇ ਵਿੱਚ ਮਲਕਪੁਰ ਰੰਗੜਾ ਪਿੰਡ ਆਉਂਦਾ ਉੱਥੋਂ ਦੇ ਰੰਗੜ ਥਣ ਜਿਹੜੇ ਉਹਨਾਂ ਨੇ ਮੁਖਬਰੀ ਕਰਕੇ ਗੁਰੂ ਸਾਹਿਬ ਜੀ ਨੂੰ ਉੱਥੋਂ ਗ੍ਰਿਫਤਾਰ ਕਰਾ ਲਿਆ ਸੀ ਗ੍ਰਿਫਤਾਰ ਕੀਤਾ ਹੋਇਆ ਤੇ ਉਹਨਾਂ ਨੇ ਵਾਇਆ ਮਰੰਡਾ ਹੋ ਕੇ ਬਸ ਇਹ ਪਠਾਣਾ ਇੱਥੇ ਲੈ ਜਾਂਦਾ ਸੀ ਇੱਥੇ ਉਸ ਟਾਈਮ ਜੇਲ ਸੀ ਉਹ ਚੱਕਰ ਕੀ ਸੀ ਕਿ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਤੋਂ ਤੁਰੇ ਤੇ ਦਿੱਲੀ ਤੱਕ ਜਾਣਾ ਸੀ ਤੇ ਉਹਨਾਂ ਨੇ ਰਸਿਆਂ ਦੇ ਵਿੱਚ ਰੋਕ ਕੇ ਔਰੰਗਜ਼ੇਬ ਦੇ ਖਿਲਾਫ ਜੋ ਜ਼ੁਲਮ ਕਰ ਰਿਹਾ ਸੀ ਉਹਨਾਂ ਵਾਸਤੇ ਲੋਕਾਂ ਨੂੰ ਅਵੇਰਨੈਸ ਦੇ ਰਹੇ ਸੀ ਦੱਸ ਰਹੇ ਸੀ ਵੀ ਇਹ ਗਲਤ ਕਰ ਰਿਹਾ ਇਸ ਕਰਕੇ ਰੰਗੜਾ ਨੇ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਸੀ ਫਿਰ ਜਦੋਂ ਪਤਾ ਲੱਗਿਆ ਅਨੰਦਪੁਰ ਸਾਹਿਬ ਵੀ ਗੁਰੂ ਸਾਹਿਬ ਬਸੀ ਜੇਲ੍ਹ ਦੇ ਵਿੱਚ ਨੇ ਤੇ ਮਾਤਾ ਗੁਜਰੀ ਜੀ ਨੇ ਉੱਥੋਂ ਸਰੰਦ ਉਹਨਾਂ ਦੇ ਸੇਵਾਦਾਰ ਸਨ ਉਹਨਾਂ ਨੂੰ ਚਿੱਠੀ ਲਿਖੀ ਕਿ ਇਸ ਕਰਕੇ ਕਿ ਗੁਰੂ ਸਾਹਿਬ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਹੈ ਕੀ ਕਾਰਨ ਹੈ ਕਿਉਂ ਕੀਤਾ ਗਿਆ ਕਿ ਜਦੋਂ ਗੁਰੂ ਸਾਹਿਬ ਆਪ ਮਿਲਣ ਜਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਤੇ ਮੈਂ ਮੈਂ ਤੁਹਾਨੂੰ ਰੋਕ ਰਿਹਾ ਕਿਉਂਕਿ ਨਾ ਸੰਗਤ ਦੇ ਵਿੱਚ ਵੀ ਇੱਕ ਇਤਿਹਾਸ ਇਹ ਵੀ ਕਹਿੰਦਾ ਨਾ ਕਿ ਗੁਰੂ ਸਾਹਿਬ ਨੂੰ ਔਰੰਗਜ਼ੇਬ ਨੇ ਜਦੋਂ ਗ੍ਰਿਫਤਾਰ ਕਰਨ ਦੇ ਲਈ ਉੱਥੇ ਭੇਜੇ ਸਿਪਾਹੀ ਭੇਜੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਤਾਂ ਖੁਦ ਗ੍ਰਿਫਤਾਰੀ ਦੇਣ ਲਈ ਪਹੁੰਚ ਜਾਣਾ ਹੈ ਫਿਰ ਉੱਥੇ ਬੰਦਾ ਉਲਝਦਾ ਗਈ ਵਾਰੀ ਕਿ ਜਦੋਂ ਉੱਥੋਂ ਗੁਰੂ ਸਾਹਿਬ ਨੇ ਖੁਦ ਗ੍ਰਿਫਤਾਰੀ ਦੇਣ ਦੇ ਲਈ ਜਾਣਾ ਸੀ ਦਿੱਲੀ ਨੂੰ ਫਿਰ ਇੱਥੇ ਕੈਦ ਕਿਵੇਂ ਹੋ ਗਿਆ ਤੁਸੀਂ ਦੱਸਿਆ ਹੁਣ ਜਿਹੜਾ ਵਾਕਿਆ ਉਦੋਂ ਇਸੇ ਕਰਕੇ ਵਾਕਿਆ ਸੀ ਵੀ ਇਹ ਉਹ ਲੋਕਾਂ ਨੂੰ ਦੱਸਦੇ ਜਾ ਰਹੇ ਸੀ ਵੀ ਜਿਹੜਾ ਔਰੰਗਜ਼ੇਬ ਹੈ ਇਹ ਜ਼ੁਲਮ ਕਰ ਰਿਹਾ ਹੈ ਲੋਕਾਂ ਦੇ ਉੱਤੇ ਉਹਨਾਂ ਨੂੰ ਇਹ ਗੱਲ ਜਿਹੜੀ ਖੱਪੀ ਨਹੀਂ ਉਹਨਾਂ ਨੂੰ ਪਛੀ ਨਹੀਂ ਉਸ ਕਰਕੇ ਉਹਨਾਂ ਨੂੰ ਇੱਥੇ ਕੈਦ ਕੀਤਾ ਗਿਆ ਸੀ ਫਿਰ ਮਾਤਾ ਜੀ ਨੇ ਜਦੋਂ ਇਹ ਚਿੱਠੀ ਲਿਖਾਈ ਇੱਥੇ ਸਰੰਦ ਦੇ ਆਪਣੇ ਸੇਵਾਦਾਰਾਂ ਤੋਂ ਔਰੰਗਜ਼ੇਬ ਨੂੰ ਔਰੰਗਜ਼ੇਬ ਉਸ ਟਾਈਮ ਲਾਹੌਰ ਬੈਠਾ ਸੀ ਤੇ ਇੱਥੋਂ ਚਿੱਠੀ ਲਿਖੀ ਜਦੋਂ ਲਿਖੀ ਚਿੱਠੀ ਲਿਖ ਕੇ ਲਾਹੌਰ ਗਈ ਲਾਹੌਰ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਔਰੰਗਜ਼ੇਬ ਨੂੰ ਪਤਾ ਲੱਗਿਆ ਵੀ ਮਹਾਰਾਜ ਜਦੋਂ ਗੁਰੂ ਗੁਰੂ ਸਾਹਿਬ ਆਪ ਜਾ ਰਹੇ ਨੇ ਉਹਨਾਂ ਦੇ ਕੋਈ ਪ੍ਰੈਸ਼ਰ ਨਹੀਂ ਹੈਗਾ ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਛੱਡ ਦਿੱਤਾ ਜਾਵੇ ਉਹ ਜਿਹੜਾ ਸਮਾਂ ਸੀ ਉਹ 3 ਮਹੀਨੇ ਕੁਛ ਦਿਨਾਂ ਦਾ ਸਮਾਂ ਲੱਗ ਜਾਂਦਾ ਕਿਉਂਕਿ ਚਿੱਠੀ ਗਈ ਉੱਥੇ ਪੜ੍ਹੀ ਗਈ ਫਿਰ ਵਾਪਸ ਉਥੋਂ ਆਰਡਰ ਆਇਆ ਫਿਰ ਇੱਥੇ ਪਹੁੰਚੇ ਫਿਰ ਇੱਥੇ ਆਏ ਜਦੋਂ ਇੱਥੋਂ ਫਿਰ ਉਹਨਾਂ ਨੂੰ ਛੱਡਿਆ ਗਿਆ ਜਦੋਂ ਛੱਡਿਆ ਗਿਆ ਤੇ ਉਦੋਂ 3 ਮਹੀਨੇ ਕੁਛ ਕੁਛ ਦਿਨ ਵਾਸਤੇ ਇੱਥੇ ਰਹਵਾਨਾ ਹੋਏ ਆ ਜੀ ਇਸ ਤੋਂ ਬਾਅਦ ਮਤਲਬ ਜੋ ਜਿਹੜੀ ਇੱਥੇ ਗ੍ਰਿਫਤਾਰੀ ਹੁੰਦੀ ਹੈ ਗੁਰੂ ਸਾਹਿਬ ਦੀ ਉਹ ਉਹ ਔਰੰਗਜ਼ੇਬ ਦੇ ਕੋਈ ਆਰਡਰ ਨਹੀਂ ਸੀ ਕੀਤਾ ਉਹਦਾ ਨਹੀਂ ਉਹ ਔਰੰਗਜ਼ੇਬ ਨੇ ਕੋਈ ਨਹੀਂ ਦਿੱਤਾ ਸਿਰਫ ਰੰਗਣਾ ਨੇ ਮੁਖਬਰੀ ਕੀਤੀ ਜਿਵੇਂ ਹੁੰਦੇ ਨਹੀਂ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਗੱਲਾਂ ਪਛਦੀਆਂ ਨਹੀਂ ਹੁੰਦੀਆਂ ਜਿਹੜੇ ਲੋਕ ਦੁਖੀ ਹੁੰਦੇ ਨੇ ਸਿੱਖ ਕੌਮ ਦੇ ਦੁਖੀ ਵੀ ਬਹੁਤ ਸਨ ਉਸ ਟਾਈਮ ਉਹਨਾਂ ਨੂੰ ਇਹ ਹੁੰਦਾ ਸੀ ਵੀ ਇਹ ਪ੍ਰਚਾਰ ਕਰਦੇ ਜਾ ਰਹੇ ਨੇ ਸਿੱਖ ਕੌਮ ਦਾ ਇਹ ਔਰੰਗਜ਼ੇਬ ਦੇ ਖਿਲਾਫ ਪ੍ਰਚਾਰ ਕਰਦੇ ਜਾ ਰਹੇ ਨੇ ਵੀ ਪ੍ਰਚਾਰ ਕਿਸੇ ਤਰੀਕੇ ਨਾਲ ਬੰਦ ਕਰਕੇ ਇੱਥੋਂ ਗ੍ਰਿਫਤਾਰੀ ਕਰਕੇ ਤੇ ਇਹਨਾਂ ਨੂੰ ਦਿੱਲੀ ਲੈ ਕੇ ਜਾਇਆ ਜਾਵੇ ਇਸ ਕਰਕੇ ਉਹਨਾਂ ਨੇ ਉਹ ਮੁਖਬਰੀ ਕਰੀ ਉਹਨਾਂ ਨੂੰ ਦੋਖੀ ਸਨ ਉਹਨਾਂ ਨੇ ਗ੍ਰਿਫਤਾਰ ਕਰਵਾਇਆ ਤੱਕੇ ਨਾਲ ਇਹ ਕੰਮ ਕੀਤਾ ਗਿਆ ਸੀ ਜਾਕੀ ਔਰੰਗਜ਼ੇਬ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਜਦੋਂ ਉਹਨੂੰ ਪਤਾ ਲੱਗਿਆ ਤੇ ਉਹਨਾਂ ਨੇ ਉਹ ਚਿੱਠੀ ਤੇ ਲਿਖ ਕੇ ਇਹਨਾਂ ਨੂੰ ਇੱਥੋਂ ਛਡਵਾਇਆ ਪਾਈ ਸਾਹਿਬ ਜੀ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ ਨੇ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਸਿੰਘ ਸਾਹਿਬ ਸਭ ਸਨ ਉਹ ਵੀ ਜਦੋਂ ਗ੍ਰਿਫਤਾਰੀ ਹੋਈ ਆ ਤਾਂ ਉਹ ਵੀ ਇਸ ਜੇਲ ਦੇ ਵਿੱਚ ਰਹੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜੇਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਭਾਈ ਦਿਯਾਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਉਹ ਵੀ ਇਸ ਜੇਲ ਦੇ ਵਿੱਚ 4 ਮਹੀਨੇ ਗੁਰੂ ਸਾਹਿਬ ਦੇ ਨਾਲ ਰਹੇ ਨੇ ਜਿਹੜਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਸੁਣਿਆ ਜਾਂਦਾ ਕਿ ਇੱਥੇ ਇੱਕ ਸੁਥਰੇਆਂ ਦਾ ਪਰਿਵਾਰ ਰਹਿੰਦਾ ਸੀ ਤੇ ਗੁਰੂ ਸਾਹਿਬ ਇੱਥੇ ਜੇਲ ਦੇ ਕਰਮਚਾਰੀਆਂ ਦਾ ਖਾਣਾ ਪੀਣਾ ਨਹੀਂ ਸੰਖਾਂਦੇ ਉਹ ਸੁਥਰਿਆਂ ਦੇ ਪਰਿਵਾਰ ਦੇ ਕੋਲੋਂ ਹੀ ਗੁਰੂ ਸਾਹਿਬ ਦਾ ਖਾਣਾ ਪੀਣਾ ਹੁੰਦਾ ਸੀ ਉਹਨਾਂ ਦੀ ਯਾਦ ਦੇ ਵਿੱਚ ਹੀ ਉਥੇ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਸ਼ਿਸ਼ੋਜ ਕੀਤਾ ਹੋਇਆ ਹੈ ਅੱਛਾ ਇਹ ਵੀ ਪਤਾ ਚੱਲਿਆ ਵੀ ਉਹ ਅੱਲ ਕਿਵੇਂ ਸੁਥਰੇ ਸੁਥਰੇ ਕਿਹਾ ਜਾਂਦਾ ਆ ਵੀ ਉਹ ਅੱਲ ਕਿਵੇਂ ਪਈ ਸੀ ਉਹਨਾਂ ਦੀ ਉਹ ਇੱਕ ਪਰਿਵਾਰਕ ਅੱਲ ਸੀ ਉਹਨਾਂ ਦੀ ਸ਼ੋਕੜ ਉਹਨਾਂ ਦਾ ਕੋਈ ਹੋਏਗਾ ਜਿਹੜਾ ਉਹਨਾਂ ਦੀ ਪਰਿਵਾਰ ਦੀ ਅੱਲ ਪਈ ਹੋਈ ਕਿ ਸੁਥਰਿਆਂ ਦਾ ਪਰਿਵਾਰ ਮਤਲਬ ਇਹਦੇ ਵਿੱਚ ਇਨੀ ਕੋਈ ਜਾਣਕਾਰੀ ਨਹੀਂ ਉਹਨਾਂ ਨੂੰ ਮਤਲਬ ਇਹ ਹੀ ਕਿਹਾ ਕਿ ਜਾਂਦਾ ਕਿ ਇਹ ਸੁਤਰੇਆਂ ਦਾ ਪਰਿਵਾਰ ਹੈ ਕਿ ਜਿਸ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਸਿ ਸ਼ੋਭੇ ਤੱਕ ਗੁਰਦੁਆਰਾ ਸਾਹਿਬ ਉਹ ਥਾਂ ਦੇ ਉੱਤੇ ਉਹ ਪਰਿਵਾਰ ਰਹਿੰਦਾ ਸੀ ਹਾਂਜੀ ਉੱਥੇ ਉਹਨਾਂ ਦਾ ਘਰ ਸੀ ਇਹ ਪਹਿਲਾਂ ਜਦੋਂ ਅਸੀਂ ਐਂਟਰੀ ਕਰਦੇ ਹਾਂ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ ਉੱਥੇ ਹੀ ਗੁਰਦੁਆਰਾ ਸੀ ਛੋਟਾ ਜਿਹਾ ਤੇ ਨਾਲ ਹੀ ਦੋ ਕਮਰੇ ਸਨ ਜਿੱਥੇ ਸੇਵਾਦਾਰ ਰਹਿੰਦੇ ਸਨ ਇਹ ਤੇ ਬਾਅਦ ਦੇ ਵਿੱਚ ਹੁਣ ਸੰਗਤੀ ਦੇ ਕਿਰਪਾ ਦੇ ਨਾਲ ਗਾਂ ਤੋਂ ਗਾਂ ਜਗ੍ਹਾ ਖਰੀਦ ਕੇ ਬਹੁਤ ਵੱਡੀ ਮਤਲਬ ਜਗ੍ਹਾ ਬਣਾਈ ਜਾ ਰਹੀ ਹੈ ਵੈਸੇ ਪੁਰਾਤਨ ਜਿਹੜਾ ਅਸੀਂ ਵੇਖਿਆ ਸੀ ਜਿਹੜਾ ਵੇਖਿਆ ਹੋਇਆ ਇੱਕ ਛੋਟਾ ਜਿਹਾ ਗੁਰਦੁਆਰਾ ਸੀ ਸਿਰਫ ਮੇਰੇ ਖਿਆਲ 15x15 ਦਾ ਹੀ ਛੋਟਾ ਜਿਹਾ ਕਮਰਾ ਹੁੰਦਾ ਸੀ ਇੱਥੇ ਤੇ ਦੋ ਕਮਰੇ ਸਾਂ ਜਿੱਥੇ ਸੇਵਾ ਦਾ ਰਹਿੰਦੇ ਸੀ ਕਿੰਨੇ ਸਾਲ ਕਿੰਨੇ ਹੋ ਗਏ ਆ ਕਮੇਟੀ ਬਣੀ ਨੂੰ ਲੋਕਲ ਕਮੇਟੀ ਉਹ ਇੱਥੇ ਦੀ ਸਾਰੀ ਸਾਮ ਸੰਭਾਲ ਕਰਦੀ ਆ ਹਾਂਜੀ ਕਮੇਟੀ ਸਭ ਤੋਂ ਪਹਿਲਾਂ ਤਾਂ ਇੱਥੇ ਜਿਹੜੇ ਬੀਬੀਆਂ ਨੇ ਸੰਭਾਲੀ ਸੀ ਸੇਵਾ ਇਹ ਅਜ ਤੋਂ ਕੋਈ 40-50 ਸਾਲ ਪਹਿਲਾਂ ਜਿਹੜਾ ਅਸੀਂ ਦੇਖਣ ਚਾਏ ਆ ਉਸ ਮੰਗਲ ਸਿੰਘ ਹੁੰਦੇ ਸਨ ਆੜਤੀ ਉਹਨਾਂ ਨੇ ਸੇਵਾ ਕਾफी ਕੀਤੀ ਹੈਗੀ ਆ ਉਸ ਤੋਂ ਬਾਅਦ ਬੀਬੀਆਂ ਤੋਂ ਬਾਅਦ ਹੁਣ ਬੀਬੀਆਂ ਸਾਰੀਆਂ ਸੁਰਗਵਾਸ ਹੋ ਗਈਆਂ ਨੇ ਉਹਨਾਂ ਚੋਂ ਇੱਕ ਬੀਬੀ ਹੈਗੀ ਆ ਜਿਹੜੇ ਬਾਹਰ ਬੈਠੇ ਨੇ ਫੋਰਨ ਚ ਬੈਠੇ ਨੇ ਉਸ ਤੋਂ ਬਾਅਦ ਸੇਵਾ ਜਿਹੜੀ ਫੇਰ ਸਾਡੇ ਕੋਲ ਆ ਗਈ ਆ ਅਸੀਂ ਸੇਵਾ ਹੁਣ ਅਸੀਂ ਕਰ ਰਹੇ ਹਾਂ ਆਪਣੇ ਤਨੋਂ ਮਨੋਂ ਤਰੋਂ ਕਰ ਰਹੇ ਹਾਂ ਜੀ ਜੇਕਰ ਨਾ ਸੰਗਤ ਕੋਈ ਪਹਿਲੀ ਵਾਰੀ ਇਸ ਥਾਂ ਤੇ ਆਉਣਾ ਚਾਹੁੰਦੀ ਆ ਇਹ ਥਾਂ ਜਿਹੜਾ ਆ ਨਾ ਮੁੱਖ ਮਾਰਗ ਤੋਂ ਬਾਜ਼ਾਰ ਵੱਲੋਂ ਜਦੋਂ ਅਸੀਂ ਆਉਨੇ ਆ ਇਹ ਰਸਤਾ ਜਿਹੜਾ ਜੇਲ੍ਹ ਰੋਡ ਵੱਜਦਾ ਪਰ ਹੁਣ ਇੱਥੇ ਗੁਰੂ ਸਾਹਿਬ ਦੇ 400 ਸਾਲਾਂ ਸ਼ਤਾਬਦੀ ਨੂੰ ਮੁੱਖ ਰੱਖਦੇ ਆਂ ਖੰਡਾ ਚੌਂਕ ਬਣਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਉੱਤੇ ਉਹ ਯਾਦਗਾਰ ਬਣੀ ਆ ਉਸ ਯਾਦਗਾਰ ਦੇ ਨਾਂ ਦੇ ਉੱਤੇ ਹੀ ਇਸ ਰਸਤੇ ਨੂੰ ਜਾਣਿਆ ਜਾਊਗਾ ਪਰ ਹਾਲ ਫਿਲਹਾਲ ਦੀ ਜੇ ਮੈਂ ਗੱਲ ਕਰਾਂ ਤਾਂ ਜੇਲ ਰੋਡ ਵੱਜਦਾ ਆ ਥੋੜਾ ਅੰਦਰ ਆ ਕੇ ਇਸ ਥਾਂ ਦੇ ਦਰਸ਼ਨ ਹੁੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਸਾਲਾਂ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਇੱਥੇ ਪੂਰੀ 5 ਸਾਲ ਹੋ ਗਏ ਜੀ ਸਾਨੂੰ ਹਾਂ ਜੀ 5 ਸਾਲ ਤੋਂ ਸੇਵਾ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਸਤਿਗੁਰੂ ਜੀ ਪੁਣੇ 4 ਮਹੀਨੇ ਐਸ ਡੀ ਐਲ ਤੇਰੇ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਤੇ ਪੁਣੇ 4 ਮਹੀਨੇ ਹੋ ਗਏ ਸਾ ਸਾਨੂੰ 4 ਸਾਲ ਹੋ ਗਏ ਉਸ 5 ਸਾਲ ਸੇਵਾ ਕਰਦੇ ਹਾਂ ਤੇ ਕਮੇਟੀ ਵਾਲੇ ਸਾਡੇ ਰਿਸਪੋਸ ਆ ਦਿੰਦੇ ਹਨ ਤੇ ਉਹਨਾਂ ਦੇ ਨਾਂ ਤੇ ਸਤਿਗੁਰਾਂ ਜੀ ਨਾਲ ਦੇ ਖੰਡਾ ਚੌਂਕ ਬਣਾਇਆ ਹੋਇਆ ਜੀ ਕਿਹੜੇ ਕਿਹੜੇ ਪੁਰਬ ਨੇ ਜਿਹੜੇ ਇੱਥੇ ਮੁੱਖ ਤੌਰ ਤੇ ਮਨਾਏ ਜਾਂਦੇ ਨੇ ਇਕੱਠ ਜਦੋਂ ਸੰਗਤ ਬਹੁਤ ਵੱਡੀ ਗਿਣਤੀ ਚ ਪਹੁੰਚਦੀ ਆ ਗੁਰਤੇਗ ਬਹਾਦਰ ਜੀ ਦਾ ਮਨਾਇਆ ਜਾਂਦਾ ਜੀ ਉਹਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਜੋ 1621 ਈਸਵੀ ਦਾ ਆਉਂਦਾ ਹੈ। ਉਹੀ ਮਨਾਇਆ ਜਾਂਦਾ ਜੀ। ਅੱਛਾ ਜਦੋਂ ਤੁਸੀਂ ਇਤਿਹਾਸ ਸੰਗਤ ਨਾਲ ਕਈ ਵਾਰ ਸਾਂਝਾ ਕਰਦੇ ਹੁੰਨੇ ਹੋ ਹੈਨਾ ਤਾਂ ਇਸ ਥਾਂ ਦਾ ਜਿਹੜਾ ਇਸ ਥਾਂ ਦੀ ਜਿਹੜੀ ਅਹਿਮੀਅਤ ਆ ਕਿਉਂਕਿ ਇਹ ਇਸ ਵੇਲੇ ਤਾਂ ਪੰਜਾਬ ਸਰਕਾਰ ਦੇ ਅਧੀਨ ਆ ਤੇ ਇਹਨੂੰ ਲੈ ਕੇ ਬਹੁਤ ਚਰਚਾਵਾਂ ਚੱਲ ਰਹੀਆਂ ਨੇ ਹੁਣ ਸਰਕਾਰ ਵੀ ਕਹਿ ਰਹੀ ਹੈ ਕਿ ਯਾਦਗਾਰ ਜਿਹੜੀ ਆ ਉਹ ਇੱਥੇ ਬਣਾਈ ਜਾਊਗੀ। ਇਹਦੇ ਨਾਲ ਜੁੜੀ ਹੋਈ ਕਿ ਹੋਰ ਪਹਿਲੂ ਜਿਹੜਾ ਇਤਿਹਾਸਿਕ ਪਹਿਲੂ ਹੋਵੇ ਜਿਹੜਾ ਸੰਗਤ ਨੂੰ ਨਾਂ ਪਤਾ ਹੋਵੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੋਵੇ। ਨਹੀਂ ਪਾਜੀ ਸਾਨੂੰ ਜੋ ਇਤਿਹਾਸ ਦਾ ਐ ਇਨਾਂ ਕਿ ਆਪਣੇ ਕੋਲ ਇਤਿਹਾਸ ਹੈ ਜੋ ਗੁਰੂ ਸਾਹਿਬ ਜੀ ਇੱਥੇ ਰਹੇ ਇਨਾਂ ਇਤਿਹਾਸ ਦੇ ਬਾਰੇ ਜਾਣਕਾਰੀ ਆਪਾਂ ਹਾਂਜੀ ਬੱਪੂ ਜੀ ਇਹ ਵੀ ਕਿਹਾ ਜਾਂਦਾ ਹੋਣਾ ਨਾ ਕਿਉਂਕਿ ਇਹ ਜੇਲ ਜਿਹੜੀ ਆ ਇਹਦੇ ਵਿੱਚ ਵੀ ਦੋ ਬਿਲਡਿੰਗਾਂ ਬਣੀਆਂ ਹੋਈਆਂ ਨੇ ਇੱਕ ਤਾਂ ਜਿੱਥੇ ਆਪਾਂ ਖੜੇ ਆ ਤੇ ਇੱਕ ਜੇਲ ਪਰਲੇ ਪਾਸੇ ਬਣੀ ਹੋਈ ਆ ਬਿਲਡਿੰਗ ਉਹ ਇਹਦੇ ਨਾਲ ਉਹਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਆ ਉਹ ਸਹੀ ਆ ਇਹਦੀ ਹਾਲਤ ਖਸਤਾ ਆ ਇਸ ਵੇਲੇ ਪਤਾ ਲੱਗ ਰਿਹਾ ਕਿ ਬਹੁਤ ਪੁਰਾਣੀ ਚੀਜ਼ ਬਣੀ ਹੋਈ ਆ ਇਹ ਵੀ ਆ ਵੀ ਗੁਰੂ ਸਾਹਿਬ ਕਿਹੜੇ ਪਾਸੇ ਠਹਿਰੇ ਹੋਣਗੇ ਇਤਿਹਾਸ ਦੇ ਵਿੱਚ ਕਿਸੇ ਇਸ ਚੀਜ਼ ਦਾ ਵੀ ਜ਼ਿਕਰ ਆਉਂਦਾ ਵੈਸੇ ਜੇ ਦੇਖਣ ਚਾਵੇ ਤੇ ਜੇ ਪਹਿਲਾਂ ਪੁਰਾਣੀ ਜੇਲ ਮੁਗਲਾਂ ਦੇ ਟਾਈਮ ਦੀ ਇਹ ਹੀ ਹੁੰਦੀ ਸੀ ਇਹ ਤੇ ਜਦੋਂ ਫਿਰ ਅਗੋਂ ਰਿਆਸਤਾਂ ਬਣੀਆਂ ਤੇ ਇਹ ਜੇਲ ਜਿਹੜੀ ਬਾਅਦ ਚ ਬਣਾਈ ਗਈ ਉਹ ਪਟਿਆਲਾ ਦੀ ਸਭ ਜੇਲ ਆਖਵੰਦੀ ਸੀ ਤੇ ਉਹਨੂੰ ਵਿਕਸਿਤ ਕਰ ਲਈ ਇਹ ਲੱਗਦਾ ਕਿ ਅਗਲਾ ਪੋਰਸ਼ਨ ਜਿਹੜਾ ਇਹ ਬਾਅਦ ਚ ਬਣਾਇਆ ਗਿਆ ਪਹਿਲਾਂ ਦਾ ਪ੍ਰਾਤਨ ਜੇਲ ਇਹ ਹੀ ਸੀ ਇੱਥੇ ਹੀ ਉਹਨਾਂ ਦਾ ਮਤਲਬ ਰਹਿਣ ਹੋਇਆ ਹੋਵੇਗਾ ਹਾਂਜੀ ਦੇਖੋ ਜੇਲ ਜਿਹੜੀ ਆ ਕਿੰਨੇ ਸੌ ਸਾਲ ਪੁਰਾਣੀ ਆ ਤੇ ਇਹਦੀ ਵਰਤੋਂ ਜਿਹੜੀ ਆ ਉਹ ਹੁਣ ਤੱਕ ਹੁੰਦੀ ਰਹੀ ਆ ਵਾਜੂ ਗਾ ਖਾਲਸਾ ਵਾਜੂ ਦੀ ਫਤਿਹ ਇਹ ਜਿਹੜੀ ਜੇਲ ਹੈ ਇਸ ਤੋਂ ਪਹਿਲਾਂ ਜਿੰਨ ਤੇ ਚਲਦੀ ਚਲਦੀ ਰਹੀ 96 97 ਤੋਂ ਇਹ ਬੰਦ ਹੋ ਗਈ ਉਸ ਤੋਂ ਬਾਅਦ ਇਹ ਬੇਕਾਰ ਜਗ੍ਹਾ ਬਣ ਗਈ ਹੈ ਜਿਹੜੀ ਕਿ ਹੁਣ ਸਾਨੂੰ ਹਿਰਸ ਹੋਈ ਹੈ ਕਿ ਪੰਜਾਬ ਗਵਰਨਮੈਂਟ ਸਾਨੂੰ ਕੁਝ ਬਣਾਵਾਸ ਦੇ ਦੇਗੀ ਹਿਰਸ ਹੋ ਗਈ ਪਹਿਲਾਂ ਹਿੱਸਾ ਨਹੀਂ ਸੀ ਪਹਿਲਾਂ ਮੰਗ ਜਰੂਰ ਸੀ ਇਸ ਕਰਕੇ ਬਹੁਤਾ ਇਸ ਤੋਂ ਕਿਤੇ ਜਾਣ ਸਕਦੇ ਤੇ ਜਦ ਇਹਨਾਂ ਨੂੰ ਪਤਾ ਹੈ ਤਾਂ ਦੱਸਦਾ ਤੇ ਜਿਹੜਾ ਇਹ ਬਰੋਟਾ ਆ ਬਹੁਤ ਵਿਸ਼ਾਲ ਬਰੋਟਾ ਜਿਹੜਾ ਹੈ ਇਹ ਇਹ ਵੀ ਪੁਰਾਣੇ ਟਾਈਮਾਂ ਦਾ ਹੀ ਹੈ ਇਹ ਬਹੁਤ ਸਦੀਆਂ ਤੋਂ ਪੁਰਾਣਾ ਹੈ ਕਿਉਂਕਿ ਜਿਹੜਾ ਬਰੋਟਾ ਇਹ ਹੈ ਇਹਦੀ ਜੜ ਉੱਤਰ ਕੇ ਥੱਲੇ ਲੱਗ ਕੇ ਦੂਜਾ ਬਰੋਟਾ ਨਾਲ ਬਰਾਬਰ ਆ ਗਿਆ ਹਾਂਜੀ ਇਹਦੀ ਕੋਈ ਮਾਤ ਉਹ ਦੱਸ ਨਹੀਂ ਸਕਦੇ ਕਿਉਂਕਿ ਉਹ ਬਰੋਟਾ ਤੋਂ ਬਰੋਟਾ ਬਣ ਗਿਆ ਅਗੇ ਜੜ ਥੱਲੇ ਲੱਗ ਕੇ ਤੇ ਇਹਦੀ ਆਪਾਂ ਕੀ ਕਰ ਸਕਦੇ ਆ ਪੇ ਸਾਡੇ ਆਪਣਾ ਵੱਡਿਆਂ ਬਡੇਰਾਂ ਤੋਂ ਪਹਿਲਾਂ ਤਾਂ ਪਰਵਿਸ਼ ਹੋਇਆ ਹਾਂਜੀ ਇਸ ਕਰਕੇ ਦੇਵਦਪੁਰੀ ਖਾਦ ਬੰਦੀ ਦੀ ਦੱਸ ਸਕਦੇ ਤੁਹਾਡੀ ਉਮਰ ਕਿੰਨੀ ਹੋਗੀ ਮੇਰੀ ਉਮਰ ਤੇ 1940 ਦੀ ਜਰਮੇ ਪਾਕਿਸਤਾਨ ਦਾ 80 ਸਾਲਾਂ ਤੋਂ ਉੱਤੇ ਹੋ ਗਈ ਆ ਹਾਂ ਜੀ ਤੁਸੀਂ ਆਪਣੇ ਹਨਾ ਆਪਣੇ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾਅ ਆਉਂਦਾ ਦੇਖਿਆ ਇੱਥੇ ਇਸ ਜਗ੍ਹਾ ਦੇ ਉੱਤੇ ਇਹ ਜਗ੍ਹਾ ਤੇ ਬਦਲਾਅ ਕਾਫੀ ਆ ਗਿਆ ਪਹਿਲਾਂ ਤੇ ਬਿਲਕੁਲ ਹੀ ਇਹ ਨੰਗਣਾ ਮੌਕਾ ਸੀ ਹੁਣ ਮੌਕਾ ਸੀ ਡਰ ਲੱਗਦਾ ਸੀ ਤੇ ਹੁਣ ਤੇ ਮਤਲਬ ਇਹ ਜਦੋਂ ਫੇ ਪਹਿਲਾਂ ਇੱਥੇ ਜੇਲੀ ਹੁੰਦੇ ਰਹੇ ਬਿੰਦੇ ਰਹੇ ਮੁਲਾਕਾਤਾਂ ਕਰਦੇ ਰਹੇ ਇੱਥੇ ਤੇ ਉਦੋਂ ਤੇ ਰੰਗ ਹੋਸਣ ਹੁਣ ਹੋਰ ਦੋਸਤੇ ਰੰਗ ਚੜਦਾ ਜਾਂਦਾ ਫਿਰ ਫੇ ਉਸ ਅੱਗੇ ਤੁਸੀਂ ਵੇਖਦੇ ਹੋ ਵੀ ਮਾਲਕ ਕਿਰਪਾ ਕਰੀ ਜਾਂਦਾ ਕਿ ਬਿਲਕੁਲ ਬਿਲਕੁਲ ਦੇਖੋ ਨਾ ਇਹ ਸਥਾਨ ਦੀ ਤੁਸੀਂ ਜਦੋਂ ਦੇਖਦੇ ਹੋ ਆਪਾਂ ਨੂੰ ਦੇਖਣ ਤੇ ਅੰਦਾਜ਼ਾ ਹੁੰਦਾ ਵੀ ਇਹ ਕੋਈ ਅੱਜ ਕੱਲ ਦੀ ਜਾਂ ਕੁਛ ਦਹਾਕਿਆਂ ਪੁਰਾਣੀ ਥਾਂ ਨਹੀਂ ਹੈਗੀ ਇਹ ਸਦੀਆਂ ਪੁਰਾਣੀ ਜਗ੍ਹਾ ਆ ਇਸ ਬਰੋਟੇ ਦਾ ਜ਼ਿਕਰ ਕੀਤਾ ਬਾਪੂ ਜੀ ਨੇ ਕਿ ਇਹ ਬਰੋਟਾ ਜਿਹੜਾ ਆ ਬਹੁਤ ਪੁਰਾਣਾ ਦੇਖਦੇ-ਦੇਖਦੇ ਬਰੋਟੇ ਦੀ ਬਰੋਟੇ ਦੇ ਨਾਲ ਹੀ ਬਰੋਟਾ ਜਿਹੜਾ ਆ ਉਹ ਖੁਦ ਬਖੋ ਤਿਆਰ ਹੋ ਗਿਆ ਉਸੇ ਬਰੋਟੇ ਦੀ ਜੜ ਲੱਗੀ ਹੈ ਪ੍ਰਧਾਨ ਸਾਹਿਬ ਤੋਂ ਜਾਣਦੇ ਆ ਕਮੇਟੀ ਦੇ ਮੈਂਬਰ ਨੇ ਭਾਈ ਜੀ ਕੀ ਮੈਂ ਪੁੱਛ ਰਿਹਾ ਸੀਗਾ ਬਾਪੂ ਜੀ ਜਣਾਂ ਤੋਂ ਵੀ ਤੁਸੀਂ ਆਪਣੇ ਸਮੇਂ ਚ ਕੀ ਕੀ ਬਦਲਾਅ ਦੇਖਿਆ ਕਹਿੰਦੇ ਬਹੁਤ ਬਦਲਾਅ ਆ ਗਿਆ ਪਹਿਲਾਂ ਇੱਧਰ ਹੈ ਨਾ ਇੰਨਾ ਆਉਣ ਜਾਣ ਦਾ ਪ੍ਰਬੰਧ ਸਹੀ ਨਹੀਂ ਸੀਗਾ ਹੁਣ ਸੰਗਤ ਨੇ ਜੇ ਆਉਣਾ ਹੋਵੇ ਕਿਉਂਕਿ ਇਹ ਰਸਤਾ ਜਿਹੜਾ ਆ ਬਾਜ਼ਾਰ ਨੂੰ ਜਾਂਦਾ ਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਜਿਹੜੀ ਆ ਉਹ ਜੇਲ ਦੇ ਨਾਲ ਆ ਜਾਂ ਗੁਰਦੁਆਰ ਸਾਹਿਬ ਦੇ ਅੰਦਰ ਹੀ ਆ ਜੇਲ ਦੇ ਨਾਲ ਹੀ ਆ ਜੀ ਤੇ ਅਸੀਂ ਗੁਰਦੁਆਰ ਸਾਹਿਬ ਦੇ ਅੰਦਰ ਵੀ ਬਣਾ ਲਈਏ ਪਾਰਕਿੰਗ ਹੁਣ ਕਾਫੀ ਜਗ੍ਹਾ ਅਸੀਂ ਖਰੀਦ ਕੇ ਅੰਦਰ ਬਣਾ ਲਈਏ ਇਹਦੇ ਨਾਲ ਵੀ ਹੈਗੀ ਆ ਤੇ ਰਸਤਾ ਵੀ ਹੁਣ ਇਹਨਾਂ ਨੇ ਰੋਡ ਜਿਹੜੀ ਹੈਗੀ ਬਹੁਤ ਵਧੀਆ ਬਣਾਤੀ ਕੈਪਟਨ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਇਹ ਕਦਮ ਚੱਕਿਆ ਕਿ ਇਹਨੂੰ ਅਸੀਂ ਸੁਥਰੇ ਸਹੀ ਢੰਗ ਦੇ ਨਾਲ ਇਹਨੂੰ ਬਣਾਇਆ ਜਾਵੇ ਯਾਦਗਾਰ ਬਣਾਇਆ ਜਾਵੇ ਤੇ ਇਹ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਪਹਿਲਾਂ ਕਿਸੇ ਨੇ ਸਾਰ ਨਹੀਂ ਲਈ ਇਹਦੀ ਪਹਿਲਾਂ ਕਿਸੇ ਨੇ ਸਾਰ ਨਹੀਂ ਲਈ ਹੈਗੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਉਹ ਹੁਣ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਇਹਨੂੰ ਸਿਰੇ ਲਾਦਣ ਬਸ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਗਤਾਂ ਦੇ ਨਾਲ ਰਲ ਕੇ ਸਾਰਿਆਂ ਨੇ ਅਸੀਂ ਖੰਡਾ ਸਾਹਿਬ ਬਣਾਇਆ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਤੁਸੀਂ ਬਾਹਰਲੇ ਪਾਸੇ ਬੜਾ ਵੱਡਾ ਚੌਂਕ ਬਣਾ ਲਿਆ ਸੀ ਤੇ ਅਸੀਂ ਨਿਸ਼ਾਨ ਸਾਹਿਬ ਲਾਇਆ ਵਿੱਚ ਉਹਦੇ ਖੰਡਾ ਸਾਹਿਬ ਲਾਇਆ 400 ਸਾਲਾ ਦੀ ਨਿਸ਼ਾਨੀ ਲਾਈ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਬਾਕੀ ਦਾ ਕੰਮ ਹੈਗਾ ਰੋਡ ਬਣਾਉਣੀ ਔਰ ਪਾਰਕਿੰਗਾਂ ਬਣਾਉਣੀਆਂ ਜਾਂ ਇਹਨੂੰ ਸਾਫ਼ ਸੁਥਰਾ ਕਰਨਾ ਇਹ ਸਰਕਾਰ ਦਾ ਕੰਮ ਹੈ ਸਰਕਾਰ ਕਿੰਨੂ ਸੇਵਾ ਦਿੰਦੀ ਹੈ ਜੋ ਆਪ ਕਰਦੀ ਹੈ ਸੇਵਾ ਜਾਂ ਕਿਸੇ ਨੂੰ ਦਿੰਦੀ ਹੈ ਜਾਂ ਸਾਡੇ ਕਮੇਟੀ ਵਗੈਰਾ ਸਾਨੂੰ ਵੀ ਕੋਈ ਦੇ ਸਕਦੀ ਸੇਵਾ ਅਸੀਂ ਵੀ ਕਰਨ ਨੂੰ ਤਿਆਰ ਆਂ ਅਸੀਂ ਵੀ ਅਸੀਂ ਵੀ ਪਿੱਛੇ ਨਹੀਂ ਹਟਦੇ ਹੈਗੇ ਜੇ ਸਰਕਾਰ ਕੋਈ ਸਾਨੂੰ ਦਿੱਕਤੀ ਰੂਪ ਜੀ ਰਹਿ ਗਈ ਸੇਵਾ ਕਰਨ ਵਾਸਤੇ ਤੇ ਅਸੀਂ ਵੀ ਅਸੀਂ ਵੀ ਕਰਨ ਨੂੰ ਤਿਆਰ ਆਂ ਕਿਹਾ ਜਾਂਦਾ ਨਾ ਕਿ ਇੱਥੇ ਫਿਲਮਾਂ ਦੀ ਸ਼ੂਟਿੰਗ ਬਹੁਤ ਹੁੰਦੀ ਆ ਮਤਲਬ ਬਹੁਤ ਫਿਲਮਾਂ ਦੀ ਸ਼ੂਟਿੰਗ ਹੁੰਦੀ ਆ ਤੇ ਉਸ ਪੰਜਾਬ ਸਰਕਾਰ ਦੇ ਦੀ ਨੌਂਦਾ ਆ ਵੀ ਉਹ ਪਰਮਿਸ਼ਨ ਦਿੰਦੇ ਨੇ ਤਾਂ ਇੱਥੇ ਆ ਕੇ ਸ਼ੂਟਿੰਗ ਹੁੰਦੀ ਹਾਂਜੀ ਹਾਂਜੀ ਜਿਹੜੀ 70% 60 ਤੋਂ 70% ਤੁਸੀਂ ਦੇਖ ਲਓ ਪੰਜਾਬੀ ਫਿਲਮਾਂ ਦੀ ਜਿਹੜੀ ਸ਼ੂਟਿੰਗ ਹੈਗੀ ਆ ਉਹ ਜੇ ਤੇ ਤਕਰੀਬਨ ਜਿਹੜੀ ਉਹਦੀ ਪਰਮਿਸ਼ਨ ਵਗੈਰਾ ਹੈਗੀ ਆ ਉਹ ਐਚ ਡੀਐਮ ਤੋਂ ਡੀਸੀ ਤੋਂ ਸਾਰੀ ਉਹ ਮਿਲ ਕੇ ਹੀ ਆਉਂਦੇ ਕਰਦੇ ਹੈਗੇ ਜੀ ਤੇ ਉਹ ਉਹਨਾਂ ਜਿਹੜੀ ਮਾੜਾ ਮੋਟਾ ਇਹ ਸੁਥਰਾ ਬਣਾਇਆ ਹੋਇਆ ਸੋਹਣਾ ਬਣਿਆ ਹੋਇਆ ਸਾਫ ਸੁਥਰਾ ਹੈਗਾ ਤਾਂ ਉਹ ਫਿਲਮਾਂ ਕਰਕੇ ਵੀ ਹੈਗਾ ਕਿਉਂਕਿ ਜਦੋਂ ਫਿਲਮਾਂ ਬਣਾਉਂਦੇ ਨੇ ਉਹ ਆ ਕੇ ਇੱਥੇ ਸ਼ੂਟਿੰਗ ਕਰਦੇ ਨੇ ਤੇ ਉਹ ਸਾਫ਼ ਕਰਦੇ ਆ ਪਹਿਲਾਂ ਆ ਕੇ ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਇਹ ਨਾ ਇਤਿਹਾਸਿਕ ਸਥਾਨ ਆ ਇਹ ਹੈ ਨਾ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਭਾਈ ਇਹ ਬਾਹਰੋਂ ਟੀਮਾਂ ਆਉਂਦੀਆਂ ਨੇ ਇਹਨਾਂ ਧਿਆਨ ਨਹੀਂ ਰੱਖਦੀਆਂ ਕਿ ਇਸ ਥਾਂ ਦੀ ਮਰਿਆਦਾ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਆ ਮਤਲਬ ਉਹ ਜਿਹੜਾ ਆ ਉਹ ਕੰਮ ਕਰਦੀਆਂ ਨੇ ਉਹ तरीके ਦੇ ਨਾਲ ਕਰਦੀਆਂ ਨੇ ਤੁਸੀਂ ਕਹਿ ਰਹੇ ਹੋ ਕਿ ਉਹ ਤਾਂ ਸਫਾਈ ਦਾ ਧਿਆਨ ਰੱਖਦੇ ਆ ਫਿਰ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਹੈ ਨਾ ਆਪਾਂ ਉਹਨਾਂ ਤੇ ਇੱਕ ਸਵਾਲ ਨਾ ਹੀ ਚੁੱਕੀ ਇਹ ਤਾਂ ਚੰਗਾ ਹੈ ਵੀ ਜੇ ਸਾਰਾ ਕੁਝ ਉਹ ਜਿਹੜਾ ਪ੍ਰਬੰਧ ਦਿੱਤੇ ਨੇ ਕਿ ਕਰਦੀਆਂ ਨਹੀਂ ਪ੍ਰਬੰਧ ਸਹੀ ਕਰਦੇ ਨੇ ਉਹ ਕੋਈ ਮਰਿਆਦਾ ਦੇ ਵਿੱਚ ਕਰਦੇ ਨੇ ਐਸੀ ਕੋਈ ਗੱਲ ਨਹੀਂ ਵਿੱਚ ਕੋਈ ਗਲਤ ਕੰਮ ਜਾਂ ਇਹਦੇ ਵਿੱਚ ਕੋਈ ਜਿਵੇਂ ਫਿਲਮਾਂ ਚ ਦਾਰੂ ਸ਼ਿਕਾ ਹੁੰਦਾ ਜਾਂ ਇਦਾਂ ਕਰਦੀ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ ਤੇ ਸਿਰਫ ਉਨਲੀ ਜੇਲ ਦਾ ਦਿਖਾਉਂਦੇ ਨੇ ਜਾਂ ਇਮਾਰਤਾਂ ਦਿਖਾਉਂਦੇ ਨੇ ਪੁਰਾਣੀਆਂ ਇਹ ਇਹ ਜਿਹੜਾ ਸ਼ੂਟਿੰਗ ਹੈ ਇਹ ਜੀ ਹੁੰਦੀਆਂ ਨੇ ਦੂਜੀ ਸ਼ੂਟਿੰਗ ਅਸੀਂ ਹੁਣ ਵੀ ਨਹੀਂ ਦਿੰਦੇ ਇੱਥੇ ਜੇ ਕੋਈ ਏਦਾਂ ਦਾ ਕੋਈ ਗਲਤ ਸ਼ੂਟਿੰਗ ਕਰਨ ਆਉਂਦਾ ਤਾਂ ਅਸੀਂ ਰੋਕਦੇ ਹਾਂ ਉਹਨਾਂ ਬਾਪੂ ਜੀ ਜਦੋਂ ਨਾ ਇਤਿਹਾਸ ਅਸੀਂ ਅਗਲੀਆਂ ਪੀੜ੍ਹੀਆਂ ਨਾਲ ਸਾਂਝਾ ਕਰਦੇ ਆਂ ਤਾਂ ਇਹ ਪ੍ਰਾਤਨ ਜਿਹੜੀਆਂ ਬਿਲਡਿੰਗਾਂ ਨੇ ਇਹਨਾਂ ਦੀ ਅਹਿਮੀਅਤ ਬਹੁਤ ਹੁੰਦੀ ਆ ਪਰ ਇੱਕ ਦੋਸ਼ ਇਹ ਲੱਗਦਾ ਰਿਹਾ ਕਹਿੰਦੇ ਵੀ ਪ੍ਰਾਤਨਤਾ ਜਿਹੜੀ ਆ ਉਹ ਅਸੀਂ ਖਤਮ ਕਰੀ ਜਾਂਦੇ ਆਂ ਨਵੀਆਂ ਇਮਾਰਤਾਂ ਵੱਡੀਆਂ-ਵੱਡੀਆਂ ਬਣਾਈ ਜਾਂਦੇ ਆਂ ਪੱਥਰ ਲਾਈ ਜਾਂਦੇ ਆਂ ਮਤਲਬ ਇਸ ਥਾਂ ਦੀ ਤੁਹਾਡੀ ਕੀ ਮੰਗ ਹੈ ਤੁਹਾਨੂੰ ਕੀ ਲੱਗਦਾ ਵੀ ਇਹਦੀ ਸੰਭਾਲ ਹੋਣੀ ਚਾਹੀਦੀ ਆ ਤੇ ਇਸੇ ਤਰੀਕੇ ਦੇ ਨਾਲੇ ਬਰਕਰਾਰ ਰਹੇ ਇਹਦੀ ਸੰਭਾਲ ਹੋਣੀ ਚਾਹੀਦੀ ਹੈ ਬਰਕਰਾਰ ਰਹਿਣੀ ਚਾਹੀਦੀ ਹੈ ਤੇ ਇਸੇ ਤਰੀਕੇ ਨਾਲ ਅਸੀਂ ਨਾਲ ਦੇ ਨਾਲ ਕਰੀ ਜਾਂਦੇ ਤਾਂ ਹੋਈ ਵੀ ਜਾਏਗਾ ਤਾਂ ਅੱਗੋਂ ਜੋ ਮਤਲਬ ਪਿੱਛੋਂ ਹਥਾਨ ਹੁਕਮ ਹੋਏਗਾ ਉਹ ਤੇ ਇੱਕਨਾਂ ਕਰੀ ਜਾਂਗੇ ਕਿਉਂਕਿ ਇਸੇ ਥਾਂ ਦੇ ਉੱਤੇ ਇਸੇ ਜ਼ਿਲ੍ਹੇ ਦੇ ਵਿੱਚ ਦਿਵਾਨ ਟੋਡਰ ਮਾਲਵਰਾਂ ਦੀ ਹਵੇਲੀ ਜਿਹੜੀ ਜਹਾਜ਼ੀ ਹਵੇਲੀ ਆ ਉਹਦਾ ਕਹਿ ਲਓ ਵੀ ਪਹਿਲਾਂ ਕਿਸੇ ਨੇ ਨਹੀਂ ਸਾਰ ਲਈ ਜਦੋਂ ਹਵੇਲੀ ਅੱਧੀ ਟੈ ਗਈ ਉਸ ਤੋਂ ਬਾਅਦ ਜਦੋਂ ਮੁੱਦਾ ਚੱਕਿਆ ਗਿਆ ਫਿਰ ਉਸ ਹਵੇਲੀ ਦੀ ਜਿਹੜੀ ਆ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈਂ ਐਸੇ ਕਰਕੇ ਪੁੱਛ ਰਿਹਾ ਕਿਉਂਕਿ ਇਹ ਥਾਨ ਵੀ ਬਹੁਤ ਵੱਡਾ ਥਾਨ ਹੈ ਇਹਦਾ ਜ਼ਿਕਰ ਵੀ ਜਿਹੜਾ ਆ ਉਹ ਉਸ ਪੱਧਰ ਤੇ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਜੁੜੀ ਇਹ ਜੇਲ ਜਿਹੜੀ ਆ ਤੇ ਇਹਦੀ ਪੁਰਾਤਨਤਾ ਬਰਕਰਾਰ ਰਵੇ ਲੋਕਲ ਕਮੇਟੀ ਲੱਗੀ ਹੋਈ ਆ ਜੇ ਕੱਲ ਨੂੰ ਉੱਪਰੋਂ ਕੋਈ ਪ੍ਰੈਸ਼ਰ ਪੈਂਦਾ ਕਿਹਾ ਜਾਂਦਾ ਕਿ ਇਸ ਨੂੰ ਵੀ ਭਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਭੇਜ ਦਿਓ ਸ਼੍ਰੋਮਣੀ ਕਮੇਟੀ ਕੋਲ ਤੋਂ ਲੱਗਦਾ ਵੀ ਲੋਕਲ ਕਮੇਟੀ ਕੋਲ ਪ੍ਰਬੰਧ ਸਹੀ ਰਹੂਗਾ ਜਰੂਰ ਰਹੇਗਾ ਜੀ ਤੇ ਕਰਾਂਗੇ ਸਾਨੂੰ ਮਿਲ ਲਗਾ ਜਰੂਰ ਕਰਾਂਗੇ ਜੇ ਪ੍ਰਬੰਧਕ ਕਮੇਟੀ ਤੁੰ ਪ੍ਰੰਪ ਹੋ ਗਿਆ ਤੇ ਜੋ ਸਾਨੂੰ ਉਸ ਦੁਆਰਾ ਸੰਭਾਲ ਦੇਣਗੇ ਫਿਰ ਸੰਭਾਲਾਂਗੇ ਤੇ ਉਸ ਤੋਂ ਅਗੇ ਜੋ ਆਪਣਾ ਪਿੱਛੋਂ ਹਟਾਈ ਜਾਣ ਕੋ ਕਰੀ ਜਾਗੇ ਬਾਈ ਜੀ ਆਮ ਤੌਰ ਤੇ ਨਾ ਇੱਕ ਗੱਲ ਹੁੰਦੀ ਆ ਕਿ ਪੁਰਾਤਨਤਾ ਜਿਹੜੀ ਆ ਉਹ ਬਰਕਰਾਰ ਰਹਿਣੀ ਚਾਹੀਦੀ ਆ ਕਿ ਅਸੀਂ ਪੈਸਾ ਲਾ ਕੇ ਨਵੀਂ ਇਮਾਰਤ ਖੜੀ ਕਰ ਲਾਂਗੇ ਪੁਰਾਣੀ ਜੀ ਨੂੰ ਢਾ ਕੇ ਨਵੀਂ ਬਣਾ ਲਾਂਗੇ ਪਰ ਉਹਦੀ ਅਹਿਮੀਅਤ ਜਿਹੜੀ ਆ ਜੋ ਪੁਰਾਤਨਤਾ ਨੇ ਦਰਸਾਉਣੀ ਹੈ ਉਹ ਨਵੀਂ ਚੀਜ਼ ਨੇ ਨਹੀਂ ਦਰਸਾਉਣੀ ਹੈਗੀ ਇਹ ਸਥਾਨ ਦੇ ਉੱਤੇ ਕੋਈ ਇਦਾਂ ਦੀ ਛੇੜਛਾੜ ਹੁਣ ਤੱਕ ਤਾਂ ਨਹੀਂ ਹੋਈ ਕਿ ਹਾਂ ਜੋ ਪੁਰਾਤਨ ਸੀਗਾ ਉਹ ਉਹਦੀ ਜਗ੍ਹਾ ਕੁਝ ਹੋਰ ਬਣ ਗਿਆ ਹੋਵੇ ਨਹੀਂ ਅੱਜ ਤੱਕ ਤਾਂ ਇੱਥੇ ਕੋਈ ਛੇੜਛਾੜ ਹੋਈ ਨਹੀਂ ਜੋ ਪੁਰਾਣਾ ਬਣਿਆ ਹੋਇਆ ਸੀ ਉਦਾਂ ਦਾ ਹੀ ਉਦਾਂ ਹੀ ਆ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਸਿ ਸਿੱਖਾਂ ਦਾ ਜਿਹੜਾ ਇਤਿਹਾਸ ਸੀ ਨਾ ਉਹਦੇ ਨਾਲ ਬਹੁਤ ਛੇੜਛੜ ਹੋਈ ਹੈ ਉਹਦੇ ਉਹਦਾ ਕੋਈ ਵੈਲੀ ਅਰਥ ਨਹੀਂ ਸੀ ਹੈਗਾ ਜਿਹੜੇ ਹੁਣ ਅਸੀਂ ਕਿਸੇ ਨੂੰ ਮਾੜਾ ਨਹੀਂ ਚਾਹੁੰਦੇ ਕਹਿਣਾ ਚਾਹੁੰਦੇ ਸ਼੍ਰੋਮਣੀ ਕਮੇਟੀ ਦਾ ਇਹ ਕੰਮ ਸੀ ਕਿਉਂਕਿ ਉਹ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਸੀ ਨਾ ਉਹ ਅੱਗੇ ਲੱਗ ਕੇ ਕੰਮ ਕਰ ਰਹੀ ਸੀ ਸਿੱਖਾਂ ਦਾ ਹਰ ਗੱਲ ਜਿਹੜੀ ਸੀ ਉਹ ਅੱਗੇ ਪਹਚਾਰ ਰਹੀ ਸੀ ਉਹ ਸਾਨੂੰ ਉਹਨਾਂ ਨੂੰ ਚਾਹੀਦਾ ਸੀ ਵੀ ਇਹ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਅਸੀਂ ਤੁਸੀਂ ਦੇਖੋ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਹਵੇਲੀ ਹੈ ਜਹਾਜੀ ਹਵੇਲੀ ਜਹਾਜੀ ਹਵੇਲੀ ਕਹਿੰਦੇ ਨੇ ਅਜੇ ਤੱਕ ਉਹਦੀ ਕੋਸਾਰ ਨਹੀਂ ਲਈ ਹੈਗੀ ਕਿੰਨੇ ਬਾਬਿਆਂ ਨੂੰ ਉਹਨਾਂ ਨੇ ਦੇ ਦਿੱਤੀ ਹੈਗੀ ਤਾਂ ਉਹ ਗੱਲ ਬਣੀ ਨਹੀਂ ਅਜੇ ਤੱਕ ਜਿਹੜਾ ਤੁਸੀਂ ਦੇਖੋ ਨਾ ਠੰਡਾ ਬੁਰਜ ਠੰਡੇ ਬੁਰਜ ਨੂੰ ਹੋਣ ਇਹਨਾਂ ਨੇ ਇੱਟਾਂ ਲਾਈਆਂ ਨੇ ਜਦੋਂ ਠੰਡਾ ਬੁਰਜ ਅਸੀਂ ਦੇਖਿਆ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਉਸ ਟਾਈਮ ਦੇਖਿਆ ਜੋਤਿਰਧੂ ਸਾਹਿਬ ਦੇਖੋ ਉਹ ਵੀ ਅਸੀਂ ਦੇਖਿਆ ਛੋਟੀ ਇੱਟਾਂ ਦਾ ਬਣਿਆ ਹੋਇਆ ਉਹ ਸਾਰਾ ਮਲੀਆ ਮਿੱਟ ਕਰਕੇ ਉੱਥੇ ਇਹਨਾਂ ਨੇ ਮਾਰਬਲ ਲਾ ਦਿੱਤੇ ਆ ਇਹ ਮਾੜੀ ਗੱਲ ਹੈ ਜੇ ਕਿਤੇ ਅੰਗਰੇਜ਼ ਹੁੰਦੇ ਉਹਨਾਂ ਨੇ ਸਾਡਾ ਜਿਹੜਾ ਇਹ ਇਤਿਹਾਸ ਸੀ ਨਾ ਕਦੇ ਨਹੀਂ ਸੀ ਖਤਮ ਹੋਉਂਦਾ ਨ ਮਹਾਰਾਜ ਦੇ ਮਹਿਲ ਮਾਤਾ ਗੁਜਰੀ ਜੀ ਇੱਥੇ ਬੈਠੇ ਸਨ ਤੇ ਇੱਥੇ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਚੀਜ਼ਾਂ ਉਹ ਇਹਨਾਂ ਨੇ ਖਤਮ ਕਰਤੀਆਂ ਨੇ ਸਾਨੂੰ ਇੱਕ ਬੇਨਤੀ ਹੈ ਮੇਰੀ ਜ਼ਰੂਰ ਹੈ ਵੀ ਕਾਰਸੇਵਾਲਾਂ ਨੂੰ ਵੀ ਬੜੀ ਹੱਥ ਜੋੜ ਕੇ ਬੇਨਤੀ ਹੈ ਕਿ ਮਾਰਬਲ ਲਾਣਾ ਛੱਡ ਦਿਓ ਮਾਰਬਲ ਦੇ ਪਿੱਛੇ ਨਾ ਪਾਓ ਇਤਿਹਾਸ ਨਾ ਖਤਮ ਕਰੋ ਇੱਥੇ ਵੀ ਅਸੀਂ ਦੇਖੋ ਅਸੀਂ ਵੀ ਧਿਆਨ ਰੱਖਾਂਗੇ ਪੰਜਾਬ ਗਵਰਨਮੈਂਟ ਨੂੰ ਅਸੀਂ ਅਸੀਂ ਅਪੀਲ ਕਰਾਂਗੇ ਇੱਕ ਕਿ ਜਿਹੜਾ ਬੰਦਾ ਮਾਰਬਲ ਲਾਉਣ ਵਾਲਾ ਹੈ ਉਹਨੂੰ ਇਹ ਇਤਿਹਾਸ ਇਸ ਇਤਿਹਾਸ ਜਿਹੜੀ ਜਗ੍ਹਾ ਹੈਗੀ ਆ ਉਹਨੂੰ ਸੇਵਾ ਨਾ ਦੇਣ ਜੇ ਜਿਹੜੀ ਸੇਵਾ ਦੇਣ ਉਹਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਊਗਾ ਕਿ ਜਿਹੜਾ ਵੀ ਇੱਥੇ ਪੁਰਾਣੀ ਇੱਟ ਲੱਗੀ ਹੋਈ ਹੈ ਉਹਨੂੰ ਛੇੜਿਆ ਨਾ ਜਾਵੇ ਇਹ ਇਹ ਪੁਰਾਣੀ ਇੱਟ ਨੂੰ ਬਣਾ ਕੇ ਉਸੇ ਤਰ੍ਹਾਂ ਦਾ ਹੀ ਬਣਾਇਆ ਜਾਵੇ ਮਾਰਬਲ ਦਾ ਕੋਈ ਕੰਮ ਨਹੀਂ ਹੈਗਾ ਇਹ ਚੀਜ਼ ਦਾ ਅਸੀਂ ਵਿਧਿਆਨ ਕਰਾਂਗੇ ਔਰ ਪੰਜਾਬ ਗਵਰਨਮੈਂਟ ਨੂੰ ਇਹ ਵੀ ਅਸੀਂ ਅਪੀਲ ਕਰਦੇ ਆਂ ਵੀ ਜਿੰਨੂੰ ਵੀ ਸੇਵਾ ਦੇਣੀ ਹੈ ਚਾਹੇ ਤੁਸੀਂ ਲੋਕਲ ਕਮੇਟੀ ਨੂੰ ਦੇਣੀ ਹੈ ਚਾਹੇ ਸ਼੍ਰਮਣੀ ਕਮੇਟੀ ਨੂੰ ਦੇਣੀ ਹੈ ਚਾਹੇ ਖੋਦ ਕਰਨੀ ਹੈ ਪਰ ਇਹਨੂੰ ਇਤਿਹਾਸ ਨਾਲ ਛੇੜਿਆ ਜਾਵੇ ਬਸ ਇੰਨਾ ਕੁ ਧਿਆਨ ਰੱਖਿਓ ਸਾਡਾ ਇਹ ਸਾਡੇ ਹੱਥ ਜੋੜ ਕੇ ਬੇਨਤੀ ਹੈ ਜੀ ਬਿਲਕੁਲ ਦੇਖੋ ਇਹਨਾਂ ਚੀਜ਼ਾਂ ਦੀ ਨਾ ਸਾਨੂੰ ਜਿਹੜੀ ਆ ਉਹ ਗੌਰ ਵੀ ਕਰਨੀ ਚਾਹੀਦੀ ਆ ਵੀ ਜੋ ਚੀਜ਼ਾਂ ਇਹ ਹੈਗੀਆਂ ਨੇ ਇਹ ਅੱਜ ਦੇ ਸਮੇਂ ਦੇ ਵਿੱਚ ਨਾ ਬਣ ਸਕਦੀਆਂ ਨੇ ਨਾ ਕਦੇ ਬਣਨਗੀਆਂ ਜੇ ਸਾਡੇ ਕੋਲੇ ਇਹ ਇਤਿਹਾਸ ਇਹ ਖਜ਼ਾਨਾ ਜਿਹੜਾ ਆ ਇਹ ਸਾਡੇ ਕੋਲੇ ਹੈਗਾ ਤਾਂ ਅਸੀਂ ਇਸ ਨੂੰ ਸੰਭਾਲ ਕੇ ਰੱਖੀਏ ਇਸ ਨੂੰ ਬਰਕਰਾਰ ਰੱਖੀਏ ਕਿਉਂਕਿ ਇਤਿਹਾਸ ਜਿਹੜਾ ਹੈ ਨਾ ਉਹ ਵੱਧ ਅਸਰ ਕਰਦਾ ਜਦੋਂ ਸਾਡੇ ਕੋਲੇ ਇਤਿਹਾਸ ਦੇ ਪੁਖਤਾ ਸਬੂਤ ਹੁੰਦੇ ਨੇ ਨਿਰਾਪੂਰਾ ਕਿਤਾਬਾਂ ਦੇ ਵਿੱਚ ਇਤਿਹਾਸ ਲਿਖਿਆ ਬਹੁਤ ਵਾਰੀ ਜਿਹੜਾ ਆ ਉਹ ਤੋੜਿਆ ਮਰੋੜਿਆ ਵੀ ਜਾਂਦਾ ਤੇ ਜਦੋਂ ਹੂਬ ਹੂ ਉਹ ਚੀਜ਼ ਤੁਹਾਡੇ ਸਾਹਮਣੇ ਹੁੰਦੀ ਆ ਫਿਰ ਇਤਿਹਾਸ ਜਿਹੜਾ ਆ ਉਹ ਹਮੇਸ਼ਾ ਦੇ ਲਈ ਅਮਰ ਹੋ ਜਾਂਦਾ ਸੋ ਦਰਸ਼ਨ ਕੀਤੇ ਜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੱਸੀ ਪਠਾਣਾ ਦੇ ਅਗਲੀ ਵਾਰੀ ਤੁਹਾਨੂੰ ਦਰਸ਼ਨਾਂ ਦੇ ਲਈ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਇਤਿਹਾਸਿਕ ਸਥਾਨ ਦੇ ਉੱਤੇ ਜ਼ਰੂਰ ਲੈ ਕੇ ਜਾਵਾਂਗੇ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ